ਅੱਜ ਕੈਨੇਡਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਭ ਤੋਂ ਵੱਡਾ ਸਵਾਲ ਹੈ, ਕੈਨੇਡਾ ਨਵੇਂ ਰੂਲਸ ਦੇ ਨਾਲ ਅਪਲਾਈ ਕਰਨਾ ਕਿਹਨਾਂ ਵਾਸਤੇ ਸੌਖਾ ਹੋਇਆ ਤੇ ਕਿਹਨਾਂ ਵਾਸਤੇ? ਨਵੇਂ ਰੂਲਸ ਆਏ ਆ ਜੋ ਉਹਨਾਂ ਨੇ ਫਿਲਟਰ ਕਰ ਦਿੱਤਾ ਪ੍ਰੋਸੈਸ। ਡੈਫੀਨੇਟਲੀ ਓਵਰਆਲ ਦੇਖੀਏ ਤਾਂ ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਟ੍ਰਬਲ ਹੈ। ਸਪਾਊਸ ਜਾਣਾ ਹੁੰਦਾ ਸੀ, ਉਹਨਾਂ ਨੂੰ ਤਕਰੀਬਨ ਸਪਾਊਸ ਨੂੰ 6-6 ਮਹੀਨੇ ਰੁਕਣਾ ਪੈਂਦਾ, ਸਿਰਫ ਓਵਰਆਲ 6 ਬੈਂਡ ਚਾਹੀਦੇ ਆ। ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਕੈਨੇਡਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਸਾਰੀਆਂ ਚੀਜ਼ਾਂ ਕੈਨੇਡਾ ਦੀਆਂ ਜਿਹੜੀਆਂ ਹਜੇ ਵੀ ਕਲੈਰਿਟੀ ਨਹੀਂ ਹੋਈ, ਜਿਨ੍ਹਾਂ ਬਾਰੇ ਉਹ ਡਿਸਕਸ ਕਰਾਂਗੇ, ਉਹਨਾਂ 'ਤੇ ਕਲੈਰਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਵੱਡਾ ਸਵਾਲ ਹੈ, ਕੈਨੇਡਾ ਨਵੇਂ ਰੂਲਸ ਦੇ ਨਾਲ ਅਪਲਾਈ ਕਰਨਾ ਕਿਹਨਾਂ ਵਾਸਤੇ ਸੌਖਾ ਹੋਇਆ ਅਤੇ ਕਿਹਨਾਂ ਵਾਸਤੇ ਔਖਾ ਹੋਇਆ? ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ, ਬਹੁਤ ਬਹੁਤ ਸਵਾਗਤ। ਥੈਂਕ ਯੂ ਦੀਪਕ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਇਸੇ ਸਵਾਲ 'ਤੇ ਗੱਲ ਕਰਦੇ ਹਾਂ, ਨਵੇਂ ਰੂਲਸ ਤੋਂ ਬਾਅਦ ਕੈਨੇਡਾ ਅਪਲਾਈ ਕਰਨਾ ਕਿਹਦੇ ਵਾਸਤੇ ਸੌਖਾ ਹੋਇਆ, ਕਿਹਦੇ ਵਾਸਤੇ ਔਖਾ? ਦੇਖੋ, ਕੈਨੇਡਾ ਦੇ ਜੋ ਨਵੇਂ ਰੂਲਸ ਆਏ ਆ ਜੋ ਉਹਨਾਂ ਨੇ ਫਿਲਟਰ ਕਰ ਦਿੱਤਾ ਪ੍ਰੋਸੈਸ, ਡੈਫੀਨੇਟਲੀ ਓਵਰਆਲ ਦੇਖੀਏ ਤਾਂ ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਟ੍ਰਬਲ ਆਈ ਹੈ। ਇਸ ਵਾਰ ਨੰਬਰ ਆਫ ਵੀਜ਼ੇ ਟੋਟਲ ਘੱਟ ਰਹਿਣੇ ਆ, ਨੰਬਰ ਆਫ ਐਪਲੀਕੇਸ਼ਨ ਵੱਧ ਲੱਗਣੀ ਔਖੀ ਹੋ ਜਾਣੀ ਆ। ਸੋ ਕਿਤੇ ਨਾ ਕਿਤੇ ਜਿਹੜੀ ਭੀੜ ਹੈ ਉਹ ਜ਼ਿਆਦਾ ਵਧਣੀ ਆ ਕਾਲਜਿਸ ਦੇ ਵਿੱਚ ਐਡਮਿਸ਼ਨਸ ਨੂੰ ਲੈ ਕੇ, ਕੋਰਸਿਸ ਨੂੰ ਲੈ ਕੇ। ਬਟ ਇਹ ਜਿਹੜੇ ਰੂਲਸ ਹੈ, ਪਲੱਸ ਟੂ ਵਾਲੇ ਬੱਚੇ ਔਰ ਗ੍ਰੈਜੂਏਸ਼ਨ ਵਾਲੇ ਬੱਚੇ, ਮੈਂ ਦੋ ਹਿੱਸਿਆਂ 'ਚ ਵੰਡੂੰਗਾ। ਔਰ ਉਹਦੇ 'ਚ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਵਾ ਗ੍ਰੈਜੂਏਸ਼ਨ ਵਾਲਿਆਂ ਨੂੰ, ਕਿਉਂਕਿ ਗ੍ਰੈਜੂਏਸ਼ਨ ਵਾਲੇ ਪਹਿਲਾਂ 2 ਸਾਲ ਦਾ ਡਿਪਲੋਮਾ ਕਰਦੇ ਹੁੰਦੇ ਸੀ, ਜਾ ਕੇ PG ਡਿਪਲੋਮਾ ਨੋਰਮਲੀ 1 ਸਾਲ ਦਾ ਇੱਥੋਂ ਲੈਂਦੇ ਸੀ, ਫਿਰ 1 ਸਾਲ ਦਾ ਐਕਸਟੈਂਡ ਕਰਦੇ ਸੀ, ਫਿਰ 2 ਸਾਲ ਦਾ ਵਰਕ ਪਰਮਿਟ ਅਪਲਾਈ ਕਰਦੇ ਸੀ। ਔਰ ਜਿਨ੍ਹਾਂ ਨੇ ਸਪਾਊਸ ਜਾਣਾ ਹੁੰਦਾ ਸੀ ਉਹਨਾਂ ਨੂੰ ਤਕਰੀਬਨ ਸਪਾਊਸ ਨੂੰ 6-6 ਮਹੀਨੇ ਰੁਕਣਾ ਪੈਂਦਾ ਸੀ। ਬਟ ਨਵੇਂ ਸਿਸਟਮ ਦੇ ਵਿੱਚ ਹੁਣ ਜਿਹੜਾ ਗ੍ਰੈਜੂਏਟ ਬੱਚਾ ਹੈ ਉਹ ਸਿੱਧਾ ਮਾਸਟਰਸ ਲਈ ਜਾ ਸਕਦਾ, ਔਰ ਉਹਨੂੰ ਆਈਲੈਟਸ ਦਾ ਸਿਰਫ ਓਵਰਆਲ 6 ਬੈਂਡ ਚਾਹੀਦੇ ਆ, ਨਾ 6 ਈਚ ਚਾਹੀਦੇ ਆ, ਨਾ 6.5 ਓਵਰਆਲ ਚਾਹੀਦੇ ਆ, ਸਿਰਫ 6 ਓਵਰਆਲ ਚਾਹੀਦੇ ਆ। ਉਹ ਮਾਸਟਰਸ 'ਚ ਜਾ ਸਕਦਾ, ਆਪਣੀ ਪੜ੍ਹਾਈ ਨੂੰ ਫਾਸਟ ਟਰੈਕ ਰੂਟ ਨਾਲ 1.5 ਸਾਲ ਦੇ ਵਿੱਚ ਖਤਮ ਕਰ ਸਕਦਾ, ਔਰ ਪਲੱਸ ਆਪਣੀ ਐਪਲੀਕੇਸ਼ਨ ਸਪਾਊਸ ਦੇ ਨਾਲ ਲਾ ਸਕਦਾ, ਔਰ ਇਕੱਠੇ ਹੀ ਰਿਜ਼ਲਟ ਆਏਗਾ। ਸੋ ਆਹ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ ਇਹ ਗ੍ਰੈਜੂਏਟ ਵਾਲੇ ਸਟੂਡੈਂਟਸ ਨੂੰ ਇਸ ਕੇਸ 'ਚ ਹੋਇਆ। ਮਤਲਬ ਇਹਨਾਂ ਨੂੰ ਨਵੇਂ ਰੂਲਸ ਦਾ ਫਾਇਦਾ ਹੋਇਆ, ਨੁਕਸਾਨ ਕਿਹਨੂੰ ਹੋਇਆ? ਦੇਖੋ, ਨੁਕਸਾਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਓਵਰਆਲ ਸਾਰਿਆਂ ਨੂੰ ਹੈ। ਨੁਕਸਾਨ ਸਿਰਫ ਇੰਨਾ ਆ ਕਿ ਜਿੱਦਾਂ ਹੁਣ ਪਹਿਲਾਂ ਆਪਾਂ ਐਪਲੀਕੇਸ਼ਨਾਂ ਬੱਚਾ ਕਿਸੇ ਵੀ ਏਜੰਟ ਕੋਲੋਂ ਵੀ ਲਵਾ ਲੈਂਦਾ ਸੀ, ਲੋਕਲ ਕਿਸੇ ਵੀ ਕਾਲਜ 'ਚ ਅੱਖਾਂ ਬੰਦ ਕਰਕੇ ਲਵਾ ਲੈਂਦਾ ਸੀ, ਉਹ ਵੀਜ਼ਾ ਲੈ ਲੈਂਦਾ ਸੀ। ਬਟ ਹੁਣ ਇਸ ਵਾਰੀ ਸਿਲਸਿਲਾ ਇੱਦਾਂ ਨਹੀਂ ਚੱਲਣਾ, ਹੁਣ ਡਿਪੈਂਡ ਕਰੂਗਾ ਕਿਹੜੇ ਕਾਲਜ ਕੋਲ ਕਿੰਨੀਆਂ ਸੀਟਾਂ ਦਾ ਕੋਟਾ ਆ। ਹੋ ਸਕਦਾ ਇੱਕ ਟਾਈਮ 'ਤੇ ਬੱਚੇ ਨੂੰ ਔਫਰ ਲੈਟਰ 1 ਤੋਂ ਵੱਧ ਕਾਲਜਾਂ 'ਚ ਅਪਲਾਈ ਕਰਨੀ ਪਵੇ, ਕਿਉਂਕਿ ਅਗਰ ਆਪਾਂ ਇੱਕੋ ਕਾਲਜ ਦੇ ਭਰੋਸੇ 'ਤੇ ਰਵਾਂਗੇ ਤਾਂ ਹੋ ਸਕਦਾ ਜੀ ਉੱਥੋਂ ਕੱਲ੍ਹ ਨੂੰ ਸੀਟ ਨਾ ਮਿਲੇ, ਆਪਣਾ ਇਨਟੇਕ ਅੱਗੇ ਚੱਲ ਜੇ। ਹੋ ਸਕਦਾ 1 ਤੋਂ ਵੱਧ ਔਫਰ ਲੈਟਰਾਂ ਅਪਲਾਈ ਕਰਨਗੇ ਪੈਣ। ਦੂਸਰੀ ਚੀਜ਼, ਜਿਹੜੇ ਵੀਕ ਪ੍ਰੋਫਾਈਲ ਨੇ, ਜਿਹੜੇ ਪ੍ਰਾਈਵੇਟ ਕਾਲਜਾਂ 'ਚ ਜਾਂਦੇ ਆ ਬੱਚੇ, ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਣੀ ਹੈ, ਕਿਉਂਕਿ ਜਿਹੜੇ ਹੁਣ ਕਾਲਜਾਂ ਕੋਲ ਰਹਿ ਗਿਆ ਸਿਸਟਮ, ਜਿਨ੍ਹਾਂ ਕੋਲ ਸੀਟਾਂ ਆਈਆਂ ਨੇ, ਉਹ ਸਾਰੇ ਦੇ ਸਾਰੇ ਮੋਸਟਲੀ ਗਵਰਨਮੈਂਟ ਫੰਡਡ ਕਾਲਜਿਸ ਜਾਂ ਫਿਰ ਉਹ ਯੂਨੀਵਰਸਿਟੀਆਂ ਨੇ। ਔਰ ਇਹਨਾਂ ਦਾ ਪੈਰਾਮੀਟਰ ਰਿਕਰੂਟਮੈਂਟ ਦਾ ਥੋੜ੍ਹਾ ਜਿਹਾ ਪ੍ਰਾਈਵੇਟ ਕਾਲਜਾਂ ਨਾਲੋਂ ਜਾਂ ਆਪਾਂ ਕਹਿ ਲਈਏ ਵੀ ਜਿਹੜੇ PPP ਕਾਲਜਿਸ ਹੁੰਦੇ ਸੀ ਉਹਨਾਂ ਨਾਲੋਂ ਥੋੜ੍ਹਾ ਜਿਹਾ ਸਖ਼ਤ ਰਹਿਣ ਵਾਲਾ ਰਵੱਈਆ ਹੈ। ਸੋ ਇਹ ਇੱਕ ਪਰੇਸ਼ਾਨੀ ਆਉਣੀ ਹੈ, ਇਹਦੇ ਲਈ ਹੱਲ ਇੱਕ ਹੀ ਹੈ ਕਿ ਟਾਈਮ ਨਾਲ ਆਪਣੀ ਐਪਲੀਕੇਸ਼ਨ ਲਾਓ ਔਰ ਸਹੀ ਕੰਸਲਟੈਂਟ ਤੋਂ ਲਾਓ। ਕੰਸਲਟੈਂਟ ਦਾ ਰੋਲ ਬਹੁਤ ਵੱਡਾ। ਪ੍ਰੈਜ਼ੈਂਟਲੀ ਕਿਹੜੇ-ਕਿਹੜੇ ਇਨਟੇਕ 'ਚ ਅਪਲਾਈ ਕਰ ਸਕਦੇ? ਦੇਖੋ, ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਮੇ ਇਨਟੇਕ ਦੀ ਰਿਕਰੂਟਮੈਂਟ ਚੱਲ ਸਕਦੀ ਹੈ। ਜਿਹੜਾ ਬੱਚਾ ਜਲਦੀ ਆਪਣੀ ਐਪਲੀਕੇਸ਼ਨ ਨੂੰ ਤੋਰੇਗਾ ਉਹ ਮੇਲ ਹੀ ਲਾ ਸਕਦਾ, ਕਿਉਂਕਿ ਰਿਜ਼ਲਟ ਦਾ ਜਿਹੜਾ ਟਰਨ ਆਊਟ ਟਾਈਮ ਹੈ ਉਹ 15 ਕੁ ਦਿਨ ਹੈ।
ਸੋ 15 ਦਿਨ ਅਗਰ ਮੈਂ ਮਈ ਦੇ ਛੱਡਦਾ ਕਿਉਂਕਿ ਬਹੁਤੀਆਂ ਕਲਾਸਾਂ ਐਂਡ ਮਈ 'ਚ ਸਟਾਰਟ ਹੋਣੀਆਂ, ਸੋ ਉਸ ਤੋਂ ਪਹਿਲਾਂ ਆਪਣੇ ਕੋਲ 1.5 ਮਹੀਨਾ ਹੈ ਜਿਹਦੇ ਵਿੱਚ ਆਪਾਂ ਆਫਰ ਲੈਟਰ, ਅਟੈਸਟੇਸ਼ਨ ਲੈਟਰ, LOA 3 ਡਾਕੂਮੈਂਟ ਹਾਸਲ ਕਰਨੇ ਹਾਂ ਔਰ ਆਪਾਂ ਫਾਈਲ ਲਾ ਸਕਦੇ ਹਾਂ। ਸੋ ਕਿਊਬੈਕ ਨੂੰ ਛੱਡ ਕੇ ਮੇ ਇਨਟੇਕ ਬਾਕੀ ਜਗ੍ਹਾ 'ਤੇ ਪੋਸੀਬਲ ਹੈ ਔਰ ਸਾਰੀ ਜਗ੍ਹਾ 'ਤੇ ਸੈਪਟੈਂਬਰ ਇਨਟੇਕ ਪੋਸੀਬਲ ਹੈ। ਸੋ ਲਾਸਟ ਸਵਾਲ, ਕਿਹੜੇ ਕਾਲਜ ਨੂੰ, ਕਿਹੜੀ ਯੂਨੀਵਰਸਿਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ, ਕੀ ਇਹ ਪਤਾ ਲੱਗੂ ਕਿਸੇ ਸਟੇਜ ਤੇ ਦੱਸਣਗੇ? ਦੇਖੋ, ਹਰ ਕਾਲਜ ਹਰ ਯੂਨੀਵਰਸਿਟੀ ਨੂੰ ਇੱਕ ਕੋਟਾ ਅਲੋਟ ਹੋਇਆ, ਦੈਟ ਇਜ਼ ਵੈਰੀ ਮੱਚ ਕਲੀਅਰ। ਹਰ ਪ੍ਰੋਵਿੰਸ ਨੂੰ ਇੱਕ ਕੋਟਾ ਅਲੋਟ ਹੋਇਆ, ਫਿਰ ਉਹਨੇ ਉਹ ਕੋਟਾ ਆਪਣੇ ਕਾਲਜਿਸ ਨੂੰ ਦਿੱਤਾ, ਉਹਨਾਂ ਨੂੰ ਇੱਕ ਪੋਰਟਲ ਦਿੱਤਾ, ਉਹ ਪੋਰਟਲ ਦੇ ਥਰੂ ਉਹਨਾਂ ਦੀਆਂ ਅਟੈਸਟੇਸ਼ਨ ਲੈਟਰਾਂ ਪ੍ਰੋਵਾਈਡ ਕਰ ਸਕਦੇ ਆ। ਹੁਣ ਇਹ ਕਾਲਜਿਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜਾ ਕਾਲਜ ਉਹਨਾਂ 'ਚੋਂ ਆਪਣੀਆਂ ਫਿਗਰਸ ਨੂੰ ਆਊਟ ਕਰਦਾ ਔਰ ਕਿਹੜਾ ਫਿਗਰ 'ਚੋਂ ਨਹੀਂ ਆਊਟ ਕਰਦਾ, ਕਿਉਂਕਿ ਬਿਜ਼ਨਸ ਦਾ ਮੈਥ ਆ ਕਹਿੰਦਾ ਹੈ ਕਿ ਬਹੁਤੇ ਜਾਣੇ ਆਪਣੀਆਂ ਫਿਗਰਸ ਨੂੰ ਆਊਟ ਨਹੀਂ ਕਰਨਗੇ ਕਿਉਂਕਿ ਉਹ ਆਉਂਦੀਆਂ ਹੋਈਆਂ ਐਪਲੀਕੇਸ਼ਨਸ ਨੂੰ ਰੋਕਣਾ ਨਹੀਂ ਚਾਹੁੰਗੇ, ਭਾਵੇਂ ਡੈਫਰ ਹੋ ਜਾਣ, ਕਿਉਂਕਿ ਉਹਨਾਂ ਦਾ ਫਾਇਦਾ ਇਹੀ ਹੈ ਕਿ ਬੱਚਾ ਉਹਨਾਂ ਦੇ ਕੋਲ ਆਵੇ। ਬਟ ਅਗਰ ਉਹ ਫਿਗਰ ਆਊਟ ਕਰਦੇ ਆ ਤਾਂ ਡੈਫੀਨੇਟਲੀ ਫਿਰ ਐਪਲੀਕੇਸ਼ਨ ਤਾਂ ਵੀ ਇੰਨੀ ਜ਼ਿਆਦਾ ਆ ਕਿ ਬਹੁਤ ਸਾਰੇ ਜਗ੍ਹਾ 'ਤੇ ਬੱਚਿਆਂ ਨੂੰ ਸੀਟਾਂ ਲੱਭਣ 'ਚ ਮੁਸ਼ਕਲ ਆਉਣੀ ਹੈ। ਸੋ ਇੱਕ ਟਾਈਮ 'ਤੇ 2-2, 3-3 ਕਾਲਜਾਂ 'ਚ ਵੀ ਅਪਲਾਈ ਕਰਨ ਦੀ ਨੌਬਤ ਆ ਸਕਦੀ ਹੈ। ਇਹਦੀ ਕਲੈਰਿਟੀ ਹਜੇ ਮਈ ਜਾਂ ਅਪ੍ਰੈਲ 'ਚ ਜਾ ਕੇ ਹੋਣੀ। ਜਿਹੜਾ ਮੇ ਇਨਟੇਕ ਆ ਉਹ ਕਾਫੀ ਹੱਦ ਤੱਕ ਸੇਫ ਰਹੂਗਾ ਇਸ ਲੜਾਈ ਤੋਂ, ਕਿਉਂਕਿ ਜਿਹੜੇ ਨਵਾਂ ਬੈਚ ਆ ਉਹਦੇ ਹਜੇ ਰਿਜ਼ਲਟ ਉਹਨਾਂ ਦੇ ਹੱਥ 'ਚ ਨਹੀਂ ਆਏ, ਹਜੇ ਬੱਚੇ ਪੇਪਰ ਦੇ ਰਹੇ ਆ। ਸੋ ਜਿਹੜੇ ਪ੍ਰੈਜੈਂਟਲੀ ਬੱਚੇ ਐਲੀਜੀਬਲ ਹੈ ਉਹਨਾਂ ਨੂੰ ਤਾਂ ਮੇ ਇਨਟੇਕ ਬਿਲਕੁਲ ਮਿਸ ਨਹੀਂ ਕਰਨਾ ਚਾਹੀਦਾ, ਅਗਰ ਉਹ ਕਰਦੇ ਆ ਤਾਂ ਉਹ ਵੱਡੀ ਗਲਤੀ ਕਰ ਰਿਹਾ। ਔਰ ਉਸ ਤੋਂ ਬਾਅਦ ਜਿਹੜਾ ਸਤੰਬਰ ਇਨਟੇਕ ਆ, ਫਿਰ ਉਹ ਇਨਟੇਕ ਵੀ ਵੱਡਾ ਅਤੇ ਉਹਦੇ 'ਚ ਬੱਚਾ ਵੀ ਬਹੁਤ ਹੋਣਾ ਹੈ, ਕਿਉਂਕਿ ਹੁਣ ਜਿੰਨੇ ਰਿਜ਼ਲਟ ਹੋ ਜਾਣੇ, ਜਿੰਨੇ ਪੇਪਰ ਆ ਜਾਣੇ, ਉਹਨਾਂ ਸਾਰਿਆਂ ਨੇ ਜਾਣਾ। ਸੋ ਕਿਤੇ ਨਾ ਕਿਤੇ ਜਿਹੜਾ ਰਸ਼ ਆ ਉਹ ਆਉਣ ਵਾਲੇ ਦਿਨਾਂ 'ਚ ਵੱਧ ਜਾਣਾ ਸੈਪਟੈਂਬਰ ਦੇ ਲਈ, ਸੋ ਉਹ ਇਫੈਕਟ ਜ਼ਰੂਰ ਕਰੇਗਾ। ਸੋ ਜੇ ਮੇਨ ਟੇਕ ਅਪਲਾਈ ਕਰਨਾ ਚਾਹੁੰਦੇ ਹੋ ਤਾਂ 76965-76965 'ਤੇ ਕਾਲ ਕਰ ਸਕਦੇ ਹੋ ਬ੍ਰੌਡਵੇ ਦੀ ਟੀਮ ਨੂੰ। ਤੇ ਹੋਰ ਕੋਈ ਵੀ ਸਵਾਲ ਹੈ ਤੁਹਾਡਾ ਕੈਨੇਡਾ ਨੂੰ ਲੈ ਕੇ, ਉਹਦਾ ਜਵਾਬ ਚਾਹੁੰਦੇ ਹੋ ਤਾਂ ਇਸ ਚੈਨਲ ਤੇ ਰੈਗੂਲਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਾਂ। ਬ੍ਰੌਡਵੇ ਦੇ ਆਫਿਸਿਸ ਨੇ ਪੂਰੇ ਪੰਜਾਬ ਦੇ ਵਿੱਚ, ਆਸ ਪਾਸ ਦੇ ਬਹੁਤ ਸਾਰੇ ਰੀਜਨਸ ਦੇ ਵਿੱਚ ਤੁਸੀਂ ਵਿਜਿਟ ਵੀ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।